ਗੱਲ ਕੀਤੀ, ਉਹ ਕਹਿੰਦਾ ਤੁਹਾਡਾ ਪੌਣਾ ਪਿੰਡ ਤਾਂ ਕਹਿੰਦਾ ਦਾਰੂ ਪੀਂਦਾ, ਜੇ ਪੌਣਾ ਪਿੰਡ ਪੀਂਦਾ ਜਿਹੜਾ 25% ਰਹਿ ਗਏ ਉਹਨੂੰ ਤਾਂ ਰਹਿ ਲੈਣ ਦਿਓ, ਅਤੇ ਉਹਨਾਂ ਨੂੰ ਵੀ ਲਾਉਣਾ ਜੀ ਤੁਸੀਂ ਨਾਲ। 17 ਸਾਲ ਬਈ ਕੀ ਕਰਦਾ? ਕਬੱਡੀ ਖੇਡਦੇ ਮੈਂ ਪੰਜਾਬ ਦੇ ਮੌਜੂਦ। ਹਾਂਜੀ, ਇਹ ਚੀਜ਼ਾਂ ਖੁੱਲ ਗਈਆਂ ਫਿਰ ਤੁਸੀਂ, ਤੁਹਾਡਾ ਪ੍ਰਭਾਵ ਕਿੱਧਰ ਜਾਊਗਾ? ਚਾਹੇ ਦਾਰੂ ਵਾਲੀ ਜਾਊਗਾ, ਸਾਰੇ ਇੱਧਰ ਵੀ ਠੇਕਾ, ਉੱਧਰ ਠੇਕਾ, ਇੱਧਰ ਠੇਕਾ, ਜਿਹਦਾ ਜਾਈਏ ਠੇਕਾ ਹੀ ਠੇਕਾ। ਬਿਲਡਿੰਗਾਂ ਦੇ ਤੋੜਨ ਦਾ ਐਲਾਨ ਕਰਤਾ, ਸਾਡੇ ਕੱਲ੍ਹ ਪਰਸੋਂ ਤੱਕ ਟੁੱਟ ਵੀ ਜਾਣੀ ਹੈ, ਪਰ ਨਵੀਂ ਬਿਲਡਿੰਗ ਵਾਸਤੇ ਫਿਰ ਨਹੀਂ ਫੰਡ। ਸਾਡੇ ਸਕੂਲ ਦੇ ਬੱਚੇ ਆ ਧਰਮਸ਼ਾਲਾ ਹੀ ਬਿਠਾਏ ਆ ਜੀ, ਅੱਜ ਜਾ ਕੇ ਤੁਸੀਂ ਕਵਰ ਕਰ ਸਕਦੇ ਹੋ, ਧਰਮਸ਼ਾਲਾ ਜਾ ਬਿਠਾਏ ਬੱਚੇ। ਇੱਕ ਇੱਧਰ ਠੇਕਾ, ਇੱਕ ਇੱਧਰ ਠੇਕਾ, ਦੋ ਪਰਲੇ ਸਾਈਡ 'ਤੇ ਠੇਕੇ, ਇੱਕ ਨਾਲ ਠੇਕਾ, ਇੱਦਾਂ ਹੀ ਆ, ਠੇਕੇ ਹੀ ਠੇਕੇ ਬਣੇ ਹੋਏ ਆ। ਸਾਡੇ ਪਿੰਡ ਦੀ ਬਿਲਕੁਲ ਪਰਮਿਸ਼ਨ ਨਹੀਂ, ਕਿਸੇ ਕੋਲੋਂ ਇਹਨਾਂ ਨੇ ਪਰਮਿਸ਼ਨ ਨਹੀਂ ਲਈ। ਇੱਕ ਤਾਂ ਰੂਲ ਹੁੰਦਾ ਜੀ, ਜਿਵੇਂ ਕਿ ਗ੍ਰਾਮ ਸਭਾ ਦੀ ਜਾਂ ਗ੍ਰਾਮ ਪੰਚਾਇਤ ਦੀ ਕੋਈ ਪਰਮਿਸ਼ਨ ਲਈ ਜਾਵੇ, ਜਦੋਂ ਕਿ ਆਪਾਂ ਪਿੰਡ ਵਿੱਚ ਠੇਕਾ ਖੋਲ੍ਹ ਰਹੇ ਹਾਂ ਸ਼ਰਾਬ ਦੇ ਨਸ਼ੇ ਦਾ, ਅਤੇ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਨਹੀਂ ਸੀ। ਹਾਂਜੀ, ਉੱਥੋਂ ਨਾਲ 10 ਕਮਦਵਾਰ ਫਿਰ ਇੱਥੇ ਸਟਾਰਟ ਕਰ ਲਿਆ। ਹੁਣ ਅਸੀਂ ਫਿਰ ਆਏ ਹਾਂ ਅਤੇ ਸਾਨੂੰ ਫੋਨ 'ਤੇ ਕਹਿੰਦੇ ਆ ਵੀ ਇੱਦਾਂ ਕਿਵੇਂ ਨਹੀਂ ਖੁੱਲ੍ਹੇਗਾ, ਸਾਨੂੰ ਤਾਂ ਔਖਾ ਹੋ ਕੇ ਬੋਲਿਆ ਜੀ ਕਾਫੀ। ਹੁਣ ਸੌਖਾ ਹੁਣ ਸੌਖਾ ਹੋਣਾ ਹੀ ਆ, ਜਦੋਂ ਤੁਸੀਂ ਆ ਗਏ ਉਹ ਸਾਰਿਆਂ ਦੇ ਸਾਹਮਣੇ ਜਵਾਬ ਨਹੀਂ ਆਉਣੇ, ਪਰਮਿਸ਼ਨ ਇਹਨਾਂ ਦੇ ਕੋਲ ਹੈ ਨਹੀਂ। ਹੁਣ ਕਹਿੰਦਾ ਵੀ ਬਿਲਡਿੰਗ ਬਣਦੀ ਆ, ਕੁਛ ਵੀ ਪੇਸ਼ ਨਹੀਂ ਕੀਤਾ ਸਾਨੂੰ ਜੀ ਪਿੰਡ ਨੂੰ। ਅਸੀਂ ਪਿੰਡ ਦੇ ਨਾਗਰਿਕ ਹੋਣ ਦੇ ਨਾਂ 'ਤੇ ਸਵਾਲ ਕਰ ਰਹੇ ਹਾਂ ਕਿ ਤੁਸੀਂ ਕਿੱਦਾਂ ਖੋਲ੍ਹ ਸਕਦੇ ਹੋ। ਮੈਂ ਕਿਹਾ ਇਹ ਗੈਰ ਕਾਨੂੰਨੀ ਹੈ, ਮੈਨੂੰ ਕਹਿੰਦਾ ਕਾਨੂੰਨੀ ਆ। ਮੈਂ ਕਿਹਾ ਜੇ ਕਾਨੂੰਨੀ ਹੁੰਦਾ ਤੁਹਾਡੇ ਨਾਲ ਮੁਲਾਜ਼ਮ ਆਉਂਦੇ ਅੱਜ, ਸਾਡਾ ਪਿੰਡ ਦਾ ਇਕੱਠ ਸੀਗਾ, ਕੋਈ ਇਹਦੇ ਨਾਲ ਮੁਲਾਜ਼ਮ ਨਹੀਂ ਆਇਆ, ਕੋਈ ਕੁਛ ਨਹੀਂ ਆਇਆ, ਇਹ ਦੋ ਜਣੇ ਆਏ ਸੀਗੇ, ਹੁਣ ਤੁਹਾਡੇ ਸਾਹਮਣੇ ਦੇਖੋ ਭੱਜ ਗਏ। ਪ੍ਰਵਾਸੀ ਰਹਿੰਦੇ, ਕਿਸੇ ਰੌਲਾ ਨਹੀਂ ਪਾਇਆ, ਕਹਿੰਦੇ ਉਹਨਾਂ ਨੇ ਤਾਂ ਪਾਇਆ ਨਹੀਂ ਸੀਗਾ, ਉਹਨਾਂ ਨੇ ਨਹੀਂ ਪਾਇਆ, ਸਾਡਾ ਪਿੰਡ ਸਹਿਮਤ ਨਹੀਂ, ਹੁਣ ਪਹਿਲੇ ਉੱਥੇ ਸੀ ਹੁਣ ਇੱਥੇ ਲੈ ਆ। ਇਹ ਜਿਹੜੇ ਮੇਨ ਉੱਪਰ ਘਰਾਂ 'ਚ ਹੀ ਆ ਗਿਆ ਜੀ, ਆ ਦੇਖੋ ਕੋਲ ਹੈ, ਕੱਲ੍ਹ ਨੂੰ ਬੀਬੀਆਂ ਸ਼ਾਮ ਨੂੰ ਸੈਰ ਨਿਕਲਦੀਆਂ, ਉਹ ਵੀ ਬੰਦ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਪਿੰਡ ਢੇਰੀ ਦੇ ਵਿੱਚ ਪਹੁੰਚਿਆ, ਜਿੱਥੇ ਇੱਕ ਠੇਕੇ ਵਾਲੇ ਦੀ ਗੱਡੀ ਇੱਥੇ ਖੜੀ ਹੋਈ ਹੈ, ਲੇਕਿਨ ਇਹਦਾ ਬਿਆਨ ਵੀ ਨਾਲ ਦੀ ਨਾਲ ਚੱਲਦੇ ਪਏ ਨੇ। ਹੁਣ ਮੀਡੀਆ ਜਦੋਂ ਆਈ ਹੈ, ਥੋੜ੍ਹਾ ਸਵਾਲ ਦਾ ਜਵਾਬ ਦਿੱਤਾ ਪਹਿਲੇ, ਉਸ ਤੋਂ ਪਹਿਲੇ ਤਾਂ ਚੱਲਣ ਨੂੰ ਤਿਆਰ ਬੈਠੇ ਹੋਏ ਸੀਗੇ, ਲੇਕਿਨ ਹੁਣ ਫਰਾਰ ਹੋ ਚੱਲੇ ਨੇ ਕਿ ਇੱਥੇ ਠੇਕਾ ਜਿਹੜਾ ਆਹ ਦੇਖ ਸਕਦੇ ਹੋ, ਸਮਾਨ ਸਾਰਾ ਪਿਆ ਹੋਇਆ ਵਾ। ਸਮਾਨ ਇਸ ਕਰਕੇ ਪਿਆ ਕਿ ਬਿਲਡਿੰਗ ਕਿੱਦਾਂ ਬਣੇਗੀ ਜਦੋਂ ਸ਼ੈੱਡ ਇੱਥੇ ਆ ਗਏ। ਸ਼ੈੱਡ ਜਦੋਂ ਉੱਥੇ ਆਉਂਦੇ ਨੇ ਤਾਂ ਬਿਲਡਿੰਗ ਦਾ ਪਹਿਲੇ ਇੱਟਾਂ ਆਣਗੀਆਂ, ਇੱਟਾਂ ਬਜਰੀ ਸੀਮਟ ਆਊਗਾ, ਲੇਕਿਨ ਸਭ ਚੀਜ਼ਾਂ ਆਣਗੀਆਂ। ਲੇਕਿਨ ਪਿੰਡ ਵਾਲੇ ਬੁਲਾਉਂਦੇ ਤਾਂ ਗੱਡੀ ਭਜਾ ਲੈਂਦੇ ਨੇ, ਇਹ ਗੱਡੀ ਭਜਾ ਲੈਂਦੇ ਨੇ। ਲੇਕਿਨ ਤੁਹਾਨੂੰ ਦੂਰ ਸਾਰੀ ਤਸਵੀਰ ਦਿਖਾ ਦਾਂ, ਗੁਰਦੁਆਰਾ ਸਾਹਿਬ ਜਿਹੜਾ ਨਾਲ ਹੈ, ਲੇਕਿਨ ਨਾਲ ਹੋਣ ਦੇ ਬਾਵਜੂਦ ਵੀ ਇਹ ਠੇਕੇ ਵਾਲੇ ਨੇ ਪਿੰਡ ਤੱਕ ਵੀ ਪਹੁੰਚ ਚੁੱਕੇ ਹੋਏ ਨੇ, ਪਿੰਡਾਂ ਤੱਕ ਵੀ ਠੇਕੇ ਜਿਹੜੇ ਖੋਲ੍ਹਣੇ ਸ਼ੁਰੂ ਕਰਤੇ ਨੇ ਬਾਈ ਨਾਲ। ਬਾਈ ਕੀ ਹੈ ਪੂਰਾ ਮਾਮਲਾ? ਹਾਂਜੀ, ਮਾਮਲਾ ਇੱਦਾਂ ਹੈ ਜੀ, ਸਾਡੇ ਪਿੰਡ ਦੀ ਬਿਲਕੁਲ ਪਰਮਿਸ਼ਨ ਨਹੀਂ, ਕਿਸੇ ਕੋਲੋਂ ਇਹਨਾਂ ਨੇ ਪਰਮਿਸ਼ਨ ਨਹੀਂ ਲਈ। ਇੱਕ ਤਾਂ ਰੂਲ ਹੁੰਦਾ ਜੀ, ਜਿਵੇਂ ਕਿ ਗ੍ਰਾਮ ਸਭਾ ਦੀ ਜਾਂ ਗ੍ਰਾਮ ਪੰਚਾਇਤ ਦੀ ਕੋਈ ਪਰਮਿਸ਼ਨ ਲਈ ਜਾਵੇ, ਜਦੋਂ ਕਿ ਆਪਾਂ ਪਿੰਡ ਵਿੱਚ ਠੇਕਾ ਖੋਲ੍ਹ ਰਹੇ ਹਾਂ ਸ਼ਰਾਬ ਦੇ ਨਸ਼ੇ ਦਾ, ਅਤੇ ਇਹਨਾਂ ਦੇ ਕੋਲ ਕੋਈ ਪਰਮਿਸ਼ਨ ਨਹੀਂ। ਅਸੀਂ ਪੁੱਛਿਆ ਇਹਨਾਂ ਕੋਲੋਂ, ਕਹਿੰਦੇ ਅੱਗੋਂ ਜਵਾਬ ਨਹੀਂ ਸਹੀ ਤਰ੍ਹਾਂ, ਵਾਜਬ ਜਵਾਬ ਨਹੀਂ ਦੇ ਰਹੇ। ਪਹਿਲੇ ਇਹਨਾਂ ਨੇ ਉੱਥੇ ਬਿਲਡਿੰਗ ਬਣਾਈ ਸੀਗੀ, ਇਸ ਤੋਂ ਸਿਰਫ 10 ਕਦਮ ਦੂਰ, ਉੱਥੇ ਅਸੀਂ ਲਗਭਗ 200 ਮੁੰਡੇ ਇਕੱਠੇ ਹੋਏ ਸੀਗੇ, ਅਤੇ ਸਵੇਰੇ ਸਵੇਰੇ ਆ ਕੇ ਅਸੀਂ ਵੀਡੀਓ ਪਾਈ, ਅਤੇ ਉੱਥੋਂ ਇਹਨਾਂ ਨੇ ਰੱਦ ਕਰ ਦਿੱਤਾ। ਤੁਹਾਨੂੰ ਵੀ ਪਿੰਡਾਂ ਵਾਲਿਆਂ ਨੂੰ ਸ਼ਰਾਬੀ ਕਰਨ ਦੀ ਤਿਆਰੀ ਹੈ? ਹਾਂਜੀ, ਉੱਥੋਂ ਨਾਲ 10 ਕਮਦਵਾਰ ਫਿਰ ਇੱਥੇ ਸਟਾਰਟ ਕਰ ਲਿਆ। ਹੁਣ ਅਸੀਂ ਫਿਰ ਆਏ ਹਾਂ ਅਤੇ ਸਾਨੂੰ ਫੋਨ 'ਤੇ ਕਹਿੰਦੇ ਆ ਵੀ ਇੱਦਾਂ ਕਿਵੇਂ ਨਹੀਂ ਖੁੱਲ੍ਹੇਗਾ, ਸਾਨੂੰ ਤਾਂ ਔਖਾ ਹੋ ਕੇ ਬੋਲਿਆ ਜੀ ਕਾਫੀ। ਹੁਣ ਸੌਖਾ ਕਿਉਂ ਗਿਆ? ਹੁਣ ਸੌਖਾ ਹੋਣਾ ਹੀ ਆ, ਜਦੋਂ ਤੁਸੀਂ ਆ ਗਏ ਉਹ ਸਾਰਿਆਂ ਦੇ ਸਾਹਮਣੇ ਜਵਾਬ ਨਹੀਂ ਆਉਣੇ, ਪਰਮਿਸ਼ਨ ਇਹਨਾਂ ਦੇ ਕੋਲ ਹੈ ਨਹੀਂ। ਹੁਣ ਕਹਿੰਦਾ ਵੀ ਬਿਲਡਿੰਗ ਬਣਦੀ ਆ, ਇੱਟਾਂ ਕਿੱਥੇ ਆ? ਇੱਟਾਂ ਨਹੀਂ ਹੈਗੀਆਂ, ਸ਼ੈੱਡ ਪਾਣਗੇ ਜੀ, ਉਹ ਪਰਾਂ ਲੋਹੇ ਦਾ ਸਮਾਨ ਪਿਆ। ਦੇਖ ਲਿਆ, ਉਹਨਾਂ ਨੂੰ ਪੁੱਛਦੇ ਨਾ ਇੱਟਾਂ ਕਿੱਥੇ, ਬਜਰੀ ਕਿੱਥੇ ਆ, ਰੇਤਾ ਕਿੱਥੇ, ਸੀਮਟ ਕਿੱਥੇ ਆ। ਹਾਂਜੀ, ਉਹੀ ਤਾਂ ਉਹੀ ਅਸੀਂ ਪੁੱਛ ਰਹੇ ਹਾਂ, ਸਾਨੂੰ ਪੂਰਾ ਪਤਾ ਕਿ ਇਹਨਾਂ ਨੇ ਠੇਕਾ ਹੀ ਖੋਲ੍ਹਣਾ ਜੀ ਇਹ ਵਾਲਾ। ਰਾਤ ਪਹਿਲੇ ਵੀ ਖੋਲ ਚੁੱਕੇ ਨੇ? ਹਾਂਜੀ, ਪਹਿਲੇ ਖੋਲ ਲਿਆ ਸੀਗਾ ਰਾਤੋਂ ਰਾਤ, ਅਸੀਂ ਸਵੇਰੇ ਸਾਜਰੇ ਆ ਕੇ ਬੰਦ ਕਰਵਾਇਆ ਸਾਰੇ ਪਿੰਡ ਦੇ ਇਕੱਠਾ ਹੋ ਕੇ ਜੀ। ਉਹ ਵੀ ਤੁਹਾਨੂੰ ਦਿਖਾਉਂਦੇ ਆ, ਉਹ ਵੀ ਤੁਹਾਨੂੰ ਮੌਕਾ ਦਿਖਾਉਂਦੇ ਆ, ਆ ਜਿੱਥੇ ਦਰਖਤ ਲੱਗਿਆ ਹੋਇਆ ਉੱਥੇ ਠੇਕਾ ਪਹਿਲਾਂ ਖੁੱਲਿਆ ਸੀ। ਲੇਕਿਨ ਇਹਨਾਂ ਕੋਲ ਪਰਮਿਸ਼ਨ ਹੁੰਦੀ ਐਕਸਾਈਟ ਡਿਪਾਰਟਮੈਂਟ ਦੀ, ਕਾਨਗੋ ਦੀ, ਇੱਥੇ ਪੰਚਾਇਤ ਦੀ ਪਰਮਿਸ਼ਨ ਹੋਊਗੀ, ਗ੍ਰਾਮ ਪੰਚਾਇਤ ਦੀ ਪਰਮਿਸ਼ਨ ਹੋਊਗੀ।
ਇਹਨਾਂ ਨੇ ਕੁਛ ਵੀ ਪੇਸ਼ ਨਹੀਂ ਕੀਤਾ ਸਾਨੂੰ ਜੀ ਪਿੰਡ ਨੂੰ। ਅਸੀਂ ਪਿੰਡ ਦਾ ਨਾਗਰਿਕ ਹੋਣ ਦੇ ਨਾਤੇ ਸਵਾਲ ਕਰ ਰਹੇ ਹਾਂ ਕਿ ਤੁਸੀਂ ਕਿੱਦਾਂ ਖੋਲ ਸਕਦੇ ਹੋ। ਮੈਂ ਕਿਹਾ ਗੈਰ ਕਾਨੂੰਨੀ ਹੈ, ਮੈਨੂੰ ਕਹਿੰਦਾ ਕਾਨੂੰਨੀ ਆ। ਮੈਂ ਕਿਹਾ ਜੇ ਕਾਨੂੰਨੀ ਹੁੰਦਾ ਤੁਹਾਡੇ ਨਾਲ ਮੁਲਾਜ਼ਮ ਆਉਂਦੇ ਅੱਜ। ਸਾਡਾ ਪਿੰਡ ਦਾ ਇਕੱਠ ਸੀਗਾ, ਕੋਈ ਇਹਦੇ ਨਾਲ ਮੁਲਾਜ਼ਮ ਨਹੀਂ ਆਇਆ, ਕੋਈ ਕੁਛ ਨਹੀਂ ਆਇਆ। ਇਹ ਦੋ ਜਣੇ ਆਏ ਸੀਗੇ, ਹੁਣ ਤੁਹਾਡੇ ਸਾਹਮਣੇ ਦੇਖੋ ਭੱਜ ਗਏ। ਲੇਕਿਨ ਪਿੰਡਾਂ ਦੇ ਵਿੱਚ ਵੀ ਜਦੋਂ ਬਾਈ ਇਹ ਪਿੰਡਾਂ ਦੇ ਵਿੱਚ ਵੀ ਜਦੋਂ ਹੁਣ ਪਹੁੰਚ ਚੁੱਕੇ ਹੋਏ ਤਾਂ ਫਿਰ ਪਿੰਡਾਂ ਵਾਲੇ ਵੀ ਹੁਣ ਕੀ ਕਰਨਗੇ? ਭਾਈ ਅਸੀਂ ਤਾਂ ਸਮਾਂ ਮਿਹਰਬਾਨ ਥਾਣੇ ਵੀ ਗਏ ਸੀਗੇ, ਉਹ ਏ ਐੱਸ ਆਈ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਪਹਿਲਾਂ ਪਿੰਡ ਵਾਲਿਆਂ ਨਾਲ ਸਹਿਮਤੀ ਕਰ ਲਿਓ ਫਿਰ ਠੇਕਾ ਖੋਲਿਓ ਜੇ। ਠੀਕ ਹੈ, ਨਾ ਕੋਈ ਏ ਐੱਸ ਆਈ ਨੇ ਦੁਬਾਰਾ ਸਾਨੂੰ ਕੋਈ ਜਵਾਬ ਦਿੱਤਾ, ਨਾ ਹੀ ਕੋਈ ਠੇਕੇ ਵਾਲਾ ਆਇਆ। ਅੱਜ ਸਿਰਫ ਬੰਦੇ ਲੈ ਕੇ ਆਪਣੇ ਕਾਰੀਗਰ ਆਏ ਸੀਗੇ ਇਹਨਾਂ, ਉਹ ਜਿਹੜੀ ਸ਼ੈੱਡ ਸੀਗੀ ਉਹ ਵੀ ਨਾ ਬਾਜੀ ਰਾਤੋਂ ਰਾਤ ਤਿਆਰ ਕਰਤੀ ਸੀਗੀ। ਪਿੰਡ ਦੀਆਂ ਬੀਬੀਆਂ ਤੇ ਪਿੰਡ ਦੀਆਂ ਧੀਆਂ ਲੰਘਣ ਗਈਆਂ ਤੋਂ ਠੇਕੇ। ਹੁਣ ਇਹ ਸਾਨੂੰ ਇਹਨਾਂ ਦਾ ਜਵਾਬ ਕੀ ਸੀਗਾ ਵੀ ਉੱਥੋਂ ਚੱਕ ਕੇ ਰੋਡ ਵੱਲ ਮੂੰਹ ਨਹੀਂ ਕੀਤਾ, ਅਸੀਂ ਇੱਧਰ ਨੂੰ ਅੰਦਰ ਨੂੰ ਮੂੰਹ ਕਰਤਾ, ਬੀਬੀਆਂ ਲੰਘਣਗੀਆਂ, ਬੋਤਲਾਂ ਨਜ਼ਰ ਨਹੀਂ ਆਣਗੀਆਂ, ਸ਼ਰਾਬੀ ਬਾਹਰ ਨਹੀਂ ਬੈਠਣਗੇ। ਬਿਲਕੁਲ ਜੀ ਬਿਲਕੁਲ, ਬੈਠ ਕੇ ਉੱਥੇ ਕੋਈ ਗਾਲਾਂ ਕੱਢਣਗੇ, ਸਾਡੇ ਪਿੰਡ ਦੀ ਮਾਣ ਮਰਿਆਦਾ ਖਰਾਬ ਹੁੰਦੀ ਹੈ ਜੀ। ਸਕੂਲੇ ਜਾਣ ਵਾਲੇ ਬੱਚੇ ਇੱਥੋਂ ਗੁਜ਼ਰ ਲੰਘਦੇ ਆ, ਧੀਆਂ ਹੁੰਦੀਆਂ ਵਿੱਚ, ਉਹ ਚੰਗਾ ਲੱਗਦਾ? ਪਿੰਡ ਦੀ ਬਿਲਕੁਲ ਇੱਜ਼ਤ ਖਰਾਬ ਹੋ ਰਹੀ ਹੈ ਸਾਡਾ ਪਿੰਡ ਦੇ। ਛੋਟੇ ਛੋਟੇ ਬੱਚੇ ਕੀ ਦੇਖਣਗੇ, ਲਾਈਟਾਂ ਆਪਣੀਆਂ ਦੀਆਂ ਪਿਓ ਵਰਗੀਆਂ ਲਗਾ ਦੇਣਗੇ, ਫਿਰ ਉਸ ਤੋਂ ਬਾਅਦ ਬੱਚਾ ਦੂਰੋਂ ਆ ਕੇ ਦੇਖੇਗਾ ਸ਼ਰਾਬ ਇੱਥੇ ਵਿਕਦੀ, ਸ਼ਰਾਬ ਦਾ ਸੇਵਨ ਮੈਂ ਵੀ ਕਰਕੇ ਦੇਖ ਲਵਾਂ। ਬੱਚੇ ਸੋਚਣਗੇ ਕਿ ਇਹ ਚੀਜ਼ ਸ਼ਾਇਦ ਜ਼ਿਆਦਾ ਵਧੀਆ, ਇਹਨਾਂ ਦੀ ਟੋਰ ਹੈ, ਮੈਂ ਵੀ ਬੈਠ ਕੇ ਦੇਖਾਂ। ਕੋਈ ਨੌਜਵਾਨ ਹੋਏਗਾ ਜਿਹੜਾ ਕਿ 18-18 ਸਾਲ ਦਾ ਮੁੱਛ ਫੁੱਟ ਗੱਭਰੂ ਹੋਏਗਾ, ਉਹਦੇ ਦਿਮਾਗ 'ਤੇ ਕੀ ਅਸਰ ਪਵੇਗਾ ਜੀ? ਅਸੀਂ ਇਹ ਚੀਜ਼ ਨਹੀਂ ਖੁੱਲ੍ਹਣ ਦਿੰਦੇ, ਸਾਡਾ ਸਾਰਾ ਪਿੰਡ ਵੈਸ਼ਨੂ ਹੈ ਜੀ, ਕੋਈ ਦਾਰੂ ਨਹੀਂ ਪੀਂਦਾ। ਬਿਲਕੁਲ ਨਾਲ ਹੀ ਨਾ ਇੱਥੇ ਅਖਾੜਾ ਬਣਿਆ ਪਿੰਡ ਦਾ, ਬੱਚੇ ਸ਼ਾਮ ਨੂੰ ਜਾਂਦੇ ਨੇ, ਸਵੇਰੇ ਜਾਂਦੇ ਨੇ, ਐਕਸਰਸਾਈਜ਼ ਕਰਦੇ ਨੇ ਵਧੀਆ। ਜੇ ਸ਼ਾਮ ਨੂੰ ਇੱਥੋਂ ਲੰਘਣਗੇ ਤਾਂ ਠੇਕਾ ਦੇ ਕੇ ਉਹਨਾਂ ਦੇ ਮਨ 'ਚ ਜਾਣ ਦਾ ਦਿਲ ਹੀ ਨਹੀਂ ਕਰਨਾ ਉੱਧਰ। ਅਖਾੜੇ ਕੀ ਕਰਨਾ, ਉੱਥੇ ਪੈਗ ਲਾ ਕੇ ਬੈਠੇ ਹੋਣਗੇ। ਬੋਲਿਆ ਉੱਥੇ ਬਿਲਕੁਲ ਵਧੀਆ ਅਖਾੜਾ, ਸਾਰੇ ਬੱਚੇ ਭਲਵਾਨ ਸ਼ੁਕਰੀ ਜੀ ਸਾਡੇ, ਉਹ ਇੱਥੇ ਵਧੀਆ ਐਕਸਰਸਾਈਜ਼ ਕਰਾਉਂਦੇ ਕਬੱਡੀ ਦੇ। ਵਿਰਾਸਤ ਵੀ ਖਤਮ ਕਰਨ ਬੈਠੇ ਹੋਏ ਨੇ ਆਹ। ਬਿਲਕੁਲ ਜੀ, ਤੇ ਪੰਜਾਬ ਦੀ ਵਿਰਾਸਤ ਕਿੱਦਾਂ ਬਚਾਲਾਂਗੇ? ਇਹ ਪੰਜਾਬ ਸਰਕਾਰ ਨੂੰ ਚਾਹੀਦਾ ਜੀ, ਅੱਧਾ ਅੱਧਾ ਕਿਲੋਮੀਟਰ ਤੇ ਠੇਕਾ ਕਿਉਂ ਖੁੱਲ ਰਿਹਾ ਜੀ? ਇਹ ਸਰਕਾਰ ਨੂੰ ਦੇਖਣਾ ਚਾਹੀਦਾ ਇਹ ਚੀਜ਼। ਦਿੱਲੀ ਵਰਗਾ ਹਾਲਾਤ ਹੋ ਰਹੇ ਆ, ਤੁਸੀਂ ਦੇਖੋ ਇੱਕੋ ਜਗ੍ਹਾ ਤੇ, ਉੱਤੋਂ ਸਾਨੂੰ ਸ਼ਹਿਰਾਂ ਦੀ ਉਹ ਚੌਂਕ ਦੇ ਵਿੱਚ 5 ਠੇਕੇ ਐ, ਮੇਕੋ ਵੀਡੀਓ ਐ, ਨਾਲ ਨਾਲ 100-100 ਮੀਟਰ ਤੇ ਵੀ ਨਹੀਂ ਹੈਗੇ। ਇੱਕ ਇੱਧਰ ਠੇਕਾ, ਇੱਕ ਇੱਧਰ ਠੇਕਾ, ਦੋ ਪਰਲੇ ਸਾਈਡ ਤੇ ਠੇਕੇ, ਇੱਕ ਨਾਲ ਠੇਕਾ, ਇੱਦਾਂ ਹੀ ਆ, ਠੇਕੇ ਹੀ ਠੇਕੇ ਬਣੇ ਹੋਏ ਆ। ਮਤਲਬ ਹੁਣ ਠੇਕਿਆਂ ਦਾ ਸ਼ਹਿਰ ਹੋ ਗਿਆ ਲੁਧਿਆਣਾ। ਬਿਲਕੁਲ ਜੀ ਬਿਲਕੁਲ, ਇੱਦਾਂ ਜਿੱਦਾਂ ਜੈਸੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਜਿੱਦਾਂ ਸਾਡੇ ਆਪ ਨੇ ਉਦਾਂ ਦੇ ਹੀ ਉਹ ਅੱਗੇ ਕੰਮ ਕਰ ਰਹੇ ਨੇ। ਜੇ ਘਰੇ ਦਾਰੂ ਵਰਤੀ ਵੀ ਨਹੀਂ ਤਾਂ ਮੁੰਡਾ ਆਪਣੇ ਆਪ ਹੀ ਪੀਊਗਾ ਜੀ। ਜਿੱਦਾਂ ਦੇ ਸਾਡੇ ਮੰਤਰੀ ਨੇ, ਸੰਤਰੀ ਨੇ, ਸਾਰੇ ਉਦਾਂ ਦੇ ਕੰਮ ਹੋ ਰਹੇ ਨੇ, ਉਦਾਂ ਕਹਿੰਦੇ ਵੀ ਸਾਡੀ ਆਵਾਮ ਵੀ ਉਵੇਂ ਜੀ ਹੋ ਜਾਵੇ, ਸਾਡੇ ਜਿਹੜੇ ਲੋਕ ਨੇ ਉਦਾਂ ਦੇ ਹੋ ਜਾਣ। ਸਰ ਇੱਥੋਂ ਦੇਖੋ ਤੁਸੀਂ ਵੀ 100 ਮੀਟਰ ਨਹੀਂ ਉਹਨਾਂ ਨੇ ਦੂਰ ਕੀਤਾ ਗਾ ਤੇ ਉਹਨਾਂ ਨੇ ਇੱਥੇ ਠੇਕਾ ਖੋਲ੍ਹਣ ਦੀ ਕਰਤੀ ਆ ਵੀ ਇੱਥੇ ਸਰ ਆਹ ਨਾਲ ਹੀ ਹੈ, ਨਾਲ ਤਾਂ ਹੈਗਾ ਠੇਕਾ ਸਰ, ਇੱਥੋਂ ਫਿਰ ਸਰ ਇੱਥੇ ਨਾਲ ਹੈ, ਇੱਥੋਂ 300 ਮੀਟਰ ਤੇ ਨਹੀਂ ਦੂਰ ਹੈਗਾ ਸਰ, ਇੱਕ ਹੋਰ ਠੇਕਾ, ਆਹ ਠੇਕਾ ਸਰ 300 ਮੀਟਰ ਦੂਰ ਨਹੀਂ ਹੈਗਾ ਸਰ। ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦਾ ਤੁਹਾਡਾ ਪੌਣਾ ਪਿੰਡ ਤਾਂ ਕਹਿੰਦਾ ਦਾਰੂ ਪੀਂਦਾ, ਜੇ ਪੌਣਾ ਪਿੰਡ ਪੀਂਦਾ ਜਿਹੜਾ 25% ਰਹਿ ਗਿਆ ਉਹਨਾਂ ਤਾਂ ਰਹਿ ਲੈਣ ਦੋ, ਕਿ ਉਹਨਾਂ ਨੂੰ ਵੀ ਲਾਣਾ ਜੀ ਤੁਸੀਂ ਨਾਲ। ਹੁਣ ਕਰਿਆਨਾ ਸਟੋਰ ਤੇ ਰਖਾ ਦੋ, ਅਸੀਂ ਉੱਥੋਂ ਆਪ ਹੀ ਲੈ ਲਾਂਗੇ ਜੇ ਜ਼ਿਆਦਾ ਆ ਤਾਂ, ਤੇ ਜ਼ਰੂਰੀ ਆ ਨਾ ਤੁਸੀਂ ਪੈਸੇ ਲਾ ਕੇ ਬਣਾ ਰਹੇ ਹੋ। ਹਾਂ ਉੱਥੇ ਛੱਡ ਕੇ ਭੱਜ ਗਿਆ, ਉਹਦੇ ਸਾਰਾ ਪਾਟ ਤਾਂ ਉਸ ਦਿਨ ਤਾਂ, ਹੁਣ ਇੱਧਰ ਬਣਾਉਣ ਦੀ ਤਿਆਰੀ ਸੀਗੀ। ਲੇਕਿਨ ਮੈਂ ਤਾਂ ਲੇਕਿਨ ਤਸਵੀਰ ਦਿਖਾਵਾਂ, ਉਹ ਸ਼ੈੱਡ ਕਿਹਦਾ ਪਿਆ ਹੋਇਆ, ਉਹ ਜਿਹੜਾ ਉਹਨਾਂ ਦਾ ਹੀ ਹੈ, ਪਹਿਲੇ ਉੱਥੇ ਬੰਨ ਲੱਗਾ ਸੀਗਾ, ਉਹ ਦੂਰ ਸਰ ਇੱਕ ਸ਼ੈੱਡ ਪਿਆ ਉਹ ਦਿਖਾ ਰਿਹਾ, ਪਹਿਲੇ ਕੈਮਰੇ 'ਚ ਦੂਰ ਹੀ ਆਊਗਾ ਜੀ, ਉਹ ਇੱਕ ਦੂਰ ਸਾਰੀ ਸ਼ੈੱਡ ਪਿਆ ਅਤੇ ਉਹ ਦਿਖਾ ਰਹੇ ਹਾਂ। ਲੇਕਿਨ ਨਵਾਂ ਠੇਕੇ ਦੇ ਜਿਹੜੇ ਸਾਰਾ ਸਮਾਨ ਜਿਹੜਾ ਇੱਥੇ ਆ ਚੁੱਕਾ ਹੋਇਆ ਸੀਗਾ, ਆ ਪਿਆ ਜਨਰੇਟਰ, ਆ ਪਿਆ ਇਹ ਜਗ੍ਹਾ ਡਿਸਾਈਡ ਕਰ ਲਈ ਸੀਗੀ ਕਿ ਠੇਕਾ ਖੋਲ੍ਹਣਾ ਇੱਥੇ ਹੀ ਹੈ ਅਤੇ ਇੱਥੇ ਹੀ ਖੁੱਲੂਗਾ, ਅਗਰ ਪਿੰਡ ਵਾਲੇ ਵਿਰੋਧ ਨਾ ਕਰਦੇ ਤਾਂ ਠੇਕਾ ਇੱਥੇ ਲਾਜ਼ਮੀ ਖੁੱਲ੍ਹ ਜਾਣਾ ਸੀਗਾ। ਅਤੇ ਜਵਾਨੀ ਬਾਈ ਕਿੱਧਰ ਜਾਊਗੀ ਬਾਈ, ਉਮਰ ਕਿੰਨੀ ਬਾਈ ਤੁਹਾਡੀ? ਭਾਅ ਜੀ ਮੇਰੀ 30 ਸਾਲ ਹੈ ਜੀ। ਕਦੀ ਸੇਵਨ ਕੀਤਾ? ਨਹੀਂ ਨਹੀਂ ਭਾਅ ਜੀ।
ਦਾਰੂ ਦਾ ਸੇਵਨ ਨਹੀਂ ਕੀਤਾ ਭਾਅ ਜੀ। ਦੇਖੋ ਪਿੰਡ ਦੀਆਂ ਧੀਆਂ ਭੈਣਾਂ ਆ, ਪਰਸੋਂ ਸੰਗਰਾਂਦ ਹੈ, ਠੀਕ ਹੈ ਜੀ। ਇਹ ਰੋਡ ਤੋਂ ਲੰਘ ਕੇ ਜਾਣਾ, ਅੱਧਾ ਪਿੰਡ ਸਾਡਾ ਉਹ ਡੇਰੇ 'ਤੇ ਹੈ। ਇਹ ਮੁੰਡਾ ਆ ਇੱਕ, ਉਹਦੇ ਘਰ ਬਣਾਇਆ, ਸਾਹਮਣੇ ਉਹਦੀਆਂ ਕੁੜੀਆਂ ਆ, ਕੱਲ੍ਹ ਨੂੰ ਕੁੜੀਆਂ ਉਹਦੀਆਂ ਕਿੱਧਰ ਜਾਣਗੇ, ਸਾਰੇ ਰਿਹਾਸ਼ੀ ਹੈ ਜੀ। ਇਹਨਾਂ ਨੂੰ ਅਸੀਂ ਪਹਿਲੇ ਉੱਥੋਂ ਰੋਕਿਆ ਸੀ, ਮਹੀਨਾ ਹੋ ਗਿਆ, ਇੱਕ ਮਹੀਨਾ ਹੁਣ ਇਹਨਾਂ ਨੇ ਬੋਰ ਵੀ ਕਰਾ ਲਿਆ, ਸਾਨੂੰ ਕਹਿੰਦੇ ਅਸੀਂ ਬੋਰ ਕਰਾ ਲਿਆ, ਸਾਡੇ ਪੈਸੇ ਲੱਗ ਗਏ। ਦੱਸੋ ਹੁਣ ਇਹਨਾਂ ਦੇ ਪੈਸਿਆਂ ਖਾਤਰ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੀਏ? ਤੁਹਾਨੂੰ ਪੁੱਛਿਆ ਇਹਨਾਂ ਨੇ ਬੋਰ? ਕੋਈ ਪੁੱਛਿਆ ਨਹੀਂ ਜੀ, ਕੋਈ ਦੱਸਿਆ ਨਹੀਂ ਪਿੰਡ ਵਾਲਿਆਂ ਨੂੰ। ਪਿੰਡ ਦਾ ਸਰਪੰਚ ਸਾਡਾ ਕਹਿ ਰਿਹਾ, ਕਹਿੰਦਾ ਕੋਈ ਠੇਕਾ ਨਹੀਂ ਖੋਲ ਸਕਦਾ, ਤੁਸੀਂ ਪਰਮਿਸ਼ਨ ਨਹੀਂ ਲਈ। 16 ਸਾਲ ਭਾਈ। ਠੇਕਾ ਚੰਗੀ ਗੱਲ ਹੈ ਜੀ? ਨਹੀਂ। ਸ਼ਰਾਬ ਵੀ ਚੰਗੀ ਗੱਲ ਹੈ? ਨਹੀਂ ਭਾਈ। ਕੀ ਪਲੇਅਰ ਕਰ ਰਹਾ ਤੂੰ ਭਾਈ? ਕਬੱਡੀ ਖੇਡਦੇ। ਕਬੱਡੀ ਖੇਡਦੇ। ਕੀ ਖੇਡ? ਉਮਰ ਕਿੰਨੀ ਹੈ? 17 ਸਾਲ ਭਾਈ। ਕੀ ਕਰਦਾ? ਕਬੱਡੀ ਖੇਡਦੇ ਭਾਈ। ਪੰਜਾਬ ਦੇ ਨੌਜਵਾਨ ਤੁਸੀਂ? ਹਾਂਜੀ। ਅਗਰ ਇਹ ਚੀਜ਼ਾਂ ਖੁੱਲ ਗਈਆਂ ਫਿਰ ਤੁਸੀਂ, ਤੁਹਾਡਾ ਪ੍ਰਭਾਵ ਕਿੱਧਰ ਜਾਊਗਾ? ਦਾਰੂ ਵਾਲੀ ਜਾਊਗਾ ਸਾਰੇ, ਇੱਧਰ ਵੀ ਠੇਕਾ, ਉੱਧਰ ਠੇਕਾ, ਇੱਧਰ ਠੇਕਾ, ਜਿਹਦਾ ਜਾਈਏ ਠੇਕਾ ਹੀ ਠੇਕਾ। ਕੋਈ ਸਕੂਲ ਜਾਂ ਗਰਾਊਂਡ ਹੈਗਾ ਕੋਈ ਇੱਥੇ? ਹਾਂਜੀ ਗਰਾਊਂਡ ਹੈ, ਨਾਲ ਹੈਗਾ ਸਾਡਾ ਗਰਾਊਂਡ। ਉਹ ਰੈਂਟ ਤੇ ਆ, ਆਪਣੀ ਸਰਕਾਰ ਲੈ ਕੇ ਨਹੀਂ ਦੇ ਰਹੀ? ਨਹੀਂ ਹੈ। ਸਰਕਾਰ ਨੂੰ ਚਾਹੀਦਾ ਕਿ ਜਦੋਂ ਠੇਕੇ ਖੋਲ ਰਹੀ ਹੈ, ਐਜੂਕੇਸ਼ਨ ਵਾਸਤੇ ਕੁਝ ਦੇ ਦੇਵੇ। ਨਹੀਂ ਦਿੰਦੇ ਜੀ, ਉਹ ਕਹਿੰਦੇ ਠੇਕੇ ਖਿਲਾਓ ਜਿੰਨੇ ਹੋ ਸਕਦੇ ਪਿੰਡਾਂ ਦੇ ਕੋਲ, ਹਰ ਇੱਕ ਪਿੰਡ ਦੇ ਕੋਲ ਠੇਕਾ ਹੈ ਜੀ। ਆ ਬਾਜੜੇ ਚੱਲ ਜਾਓ, ਇੱਥੇ ਦੋ ਠੇਕੇ ਖੁੱਲ ਗਏ, ਸਾਡਾ ਪਿੰਡ ਦੇ ਆ ਨਾਲ ਇੱਕ ਠੇਕਾ ਆ, ਉੱਥੇ ਪ੍ਰਵਾਸੀ ਰਹਿੰਦੇ, ਕਿਸੇ ਰੋਲਾ ਨਹੀਂ ਪਾਇਆ, ਕਹਿੰਦੇ ਉਹਨਾਂ ਨੇ ਤਾਂ ਪਾਇਆ ਨਹੀਂ ਸੀਗਾ, ਉਹਨਾਂ ਨੇ ਨਹੀਂ ਪਾਇਆ, ਸਾਡਾ ਪਿੰਡ ਸਹਿਮਤ ਨਹੀਂ। ਹੁਣ ਪਹਿਲੇ ਉੱਥੇ ਸੀ, ਹੁਣ ਇੱਥੇ ਲਏ ਆ। ਇਹ ਜਿਹੜੇ ਮੇਨ ਉੱਪਰ ਘਰਾਂ 'ਚ ਹੀ ਆ ਗਿਆ ਜੀ, ਆ ਦੇਖੋ ਕੋਲ ਹੈ, ਕੱਲ੍ਹ ਨੂੰ ਬੀਬੀਆਂ ਸ਼ਾਮ ਨੂੰ ਸੈਰ ਨਿਕਲਦੀਆਂ ਉਹ ਵੀ ਬੰਦ, ਸ਼ਾਮ ਨੂੰ ਬੀਬੀਆਂ ਭੈਣਾਂ ਨੇ ਆਉਣਾ ਹੁੰਦਾ 10 ਮਿੰਟ ਇੱਧਰ ਨੂੰ ਸੈਰ ਕਰਨ, ਕਿਉਂਕਿ ਇੱਥੇ ਬਈਏ ਨਾ, ਇਹਨਾਂ ਨੇ ਬਾਥਰੂਮ ਬਣਾਉਣਾ, ਬਈਆਂ ਨੇ ਕੀ ਕਰਨਾ ਰੋਡ 'ਤੇ, ਫਿਰ ਕੱਲ੍ਹ ਨੂੰ ਫਿਰ ਲੜਾਈ ਝਗੜੇ ਵਧਣੇ ਆ, ਕੋਈ ਮਰ ਗਿਆ ਫਿਰ ਦੱਸੋ ਕੌਣ ਜ਼ਿੰਮੇਵਾਰ। ਕੁਛ ਕਹਿਣਾ ਚਾਹੁੰਦੇ ਨੇ ਸਰ? ਸਾਡੇ ਪਿੰਡ ਨਾ, ਤੁਸੀਂ ਸਕੂਲ ਦੀ ਗੱਲ ਕੀਤੀ, ਤੁਹਾਨੂੰ ਸਕੂਲ ਦੇ ਦੱਸਦੇ ਹਾਂ, ਸਾਡੇ ਪਿੰਡ ਜਿਹੜਾ ਸਕੂਲ ਹੈ ਨਾ, ਪ੍ਰਾਇਮਰੀ ਸਕੂਲ, ਉੱਥੇ 230 ਬੱਚੇ ਪੜ੍ਹਦੇ ਆ ਜੀ ਸਕੂਲ ਦੇ ਵਿੱਚ, ਪਰ ਉਹ ਜਿਹੜੀ ਬਿਲਡਿੰਗ ਆ ਉਹ ਅਨਸੇਫ ਹੈ। ਅਸੀਂ ਬਹੁਤ 2021-22 ਤੋਂ ਭੱਜੇ ਹੋਏ ਹਾਂ, ਲੋਕਡਾਊਨ ਦੇ ਟਾਈਮ ਦੇ ਭੱਜੇ ਹੋਏ ਹਾਂ, ਵੀ ਸਾਡੀ ਜਿਹੜੀ ਬਿਲਡਿੰਗ ਅਨਸੇਫ ਹੈ, ਇਹਨੂੰ ਤੁਸੀਂ ਮਤਲਬ ਜਾਂ ਤਾਂ ਰਿਪੇਅਰ ਕਰੋ ਜਾਂ ਸਾਨੂੰ ਨਵੇਂ ਫੰਡ ਦਿਓ ਵੀ ਅਸੀਂ ਜਿਹੜੀ ਬਿਲਡਿੰਗ ਤਿਆਰ ਕਰਵਾ ਸਕੀਏ। ਇਹਨਾਂ ਨੇ ਹੁਣ ਮੰਤਰੀ ਆਪਣੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੇ ਹੁਣ ਐਲਾਨ ਕਰਤਾ ਵੀ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਨੇ ਲੁਧਿਆਣੇ 'ਚ ਸਾਰੀਆਂ ਤੋੜ ਦਿਓ, ਸਕੂਲ ਦੀਆਂ ਬਿਲਡਿੰਗਾਂ, ਬਿਲਡਿੰਗਾਂ ਦੇ ਤੋੜਨ ਦਾ ਐਲਾਨ ਕਰਤਾ, ਸਾਡੇ ਕੱਲ੍ਹ ਪਰਸੋਂ ਤੱਕ ਟੁੱਟ ਵੀ ਜਾਣੀ ਹੈ, ਪਰ ਨਵੀਂ ਬਿਲਡਿੰਗ ਵਾਸਤੇ ਫਿਰ ਨਹੀਂ ਫੰਡ। ਸਾਡੇ ਸਕੂਲ ਦੇ ਬੱਚੇ ਆ ਧਰਮਸ਼ਾਲਾ 'ਚ ਬਿਠਾਏ ਆ ਜੀ, ਅੱਜ ਜਾ ਕੇ ਤੁਸੀਂ ਕਵਰ ਕਰ ਸਕਦੇ ਹੋ, ਧਰਮਸ਼ਾਲਾ 'ਚ ਬਿਠਾਏ ਬੱਚੇ, ਅਤੇ ਇੱਕ ਸਕੂਲ ਦਾ ਸਿਰਫ ਇੱਕੋ ਕਮਰਾ ਆ ਜੀ ਜਿਹਦੇ ਵਿੱਚ ਅਸੀਂ ਬੱਚੇ ਬਿਠਾਈ ਬੈਠੇ ਹਾਂ, 5 ਕਲਾਸਾਂ ਨੂੰ 2 ਕਮਰਿਆਂ 'ਚ ਕਿੱਥੋਂ ਸ਼ਿਫਟ ਕਰਾਂਗੇ ਸਰ ਅਸੀਂ? ਤੁਹਾਡੇ ਨਾਲ ਕੀ ਗੱਲ ਹੋਈ ਸੀ ਠੇਕੇ ਵਾਲੇ ਜਦੋਂ ਮੈਂ ਗੱਲ ਕੀਤੀ ਤਾਂ ਉਦੋਂ ਕਹਿੰਦਾ ਨਹੀਂ ਖੋਲਣਾ? ਭਾਅ ਜੀ ਗੱਲ ਇੱਦਾਂ ਸੀਗੀ, ਉਹ ਇੱਥੇ ਵੀਡੀਓ ਬਣਾਈ ਹੋਈ ਹੈ? ਹਾਂ ਮੈਂ ਵੀਡੀਓ ਬਣਾਈ, ਜਦੋਂ ਇੱਥੇ ਗੱਲ ਹੋ ਰਹੀ ਸੀ ਨਾ, ਕਹਿੰਦਾ ਮੈਂ ਤਾਂ ਬੋਰ ਵੀ ਕਰਾਤਾ, ਹੁਣ ਮੈਂ ਕਿੱਧਰ ਜਾਵਾਂ? ਅਸੀਂ ਕਿਹਾ ਮੇਰੇ ਕੋਲ ਤੇਰੀ ਵੀਡੀਓ ਪਈ, ਤੁਹਾਨੂੰ ਕਹਿ ਰਿਹਾ ਸੀਗਾ ਵੀ ਆਹ ਸਿਰਫ ਬਿਲਡਿੰਗ ਬਣ ਰਹੀ ਹੈ, ਠੇਕਾ ਨਹੀਂ ਬਣ ਰਿਹਾ, ਅਤੇ ਉਹਨੇ ਆਪਣੇ ਮੂੰਹੋਂ ਇਹ ਬਿਆਨ ਕੀਤਾ, ਮੇਰੀ ਵੀਡੀਓ ਦੇ ਵਿੱਚ ਇਹੀ ਹੈ, ਕਹਿੰਦਾ ਮੈਂ ਬੋਰ ਵੀ ਕਰਾਤਾ ਹੈ, ਠੀਕ ਹੈ ਜੀ। ਉਵੇਂ ਹੀ ਮੇਰੇ ਕੋਲ ਵੀਡੀਓ, ਮੈਂ ਕਿਹਾ ਮੇਰੇ ਕੋਲ ਵੀਡੀਓ ਹੈਗੀ ਹੈ ਕਿਹਦੀ? ਇਹ ਭਾਅ ਜੀ ਪਤਾ ਨਹੀਂ ਹੈ ਕਿਸੇ ਦੀ ਹੋਊਗੀ, ਮਾਲਕ ਨਹੀਂ ਰਿਹਾ, ਮੈਨੂੰ ਲੱਗਦਾ ਫੈਕਟਰੀ ਵਾਲਿਆਂ ਦੀ ਜਗ੍ਹਾ ਹੈ ਜੀ ਸਾਹਮਣੇ। ਤੁਹਾਡੇ ਪਿੰਡ ਵੀ ਹੈ ਲੋਕ ਜਿਹੜੇ ਬਾਹਰੋਂ ਆ ਕੇ ਜਗ੍ਹਾ ਲੈਣ ਲੱਗੇ, ਫਿਰ ਠੇਕਿਆਂ ਨੂੰ ਜਗ੍ਹਾ ਦੇਣ ਲੱਗੇ, ਬਾਹਰ ਵਾਲਿਆਂ ਤੋਂ ਭਜਾ ਦਿਓ। ਉਹੀ ਤਾਂ ਚੱਕਰ ਹੈ ਜੀ, ਇੱਕ ਤਾਂ ਪ੍ਰਵਾਸੀਆਂ ਨੇ ਪਹਿਲੇ ਹੀ ਇੱਥੇ ਕੰਮ ਖਰਾਬ ਕੀਤਾ ਹੋਇਆ ਸਾਰਾ, ਉੱਤੋਂ ਪ੍ਰਵਾਸੀ ਠੇਕੇ ਵੀ ਖੋਲ੍ਹਣ ਲੱਗ ਪਏ ਆ, ਹੁਣ ਦੱਸੋ ਅਸੀਂ ਪੰਜਾਬੀ ਕਿੱਧਰ ਜਾਈਏ ਜੀ? ਸਾਡੇ ਤਾਂ ਅਸੀਂ ਹੁਣ ਸੋਚ ਰਹੇ ਹਾਂ ਕਿ ਨਵੀਂ ਪੰਚਾਇਤ ਆਏਗੀ ਤਾਂ ਮਤਾ ਜ਼ਰੂਰ ਪਾਵਾਂਗੇ ਵੀ ਇਹ ਚੀਜ਼ ਗਲਤ ਹੈ। ਜਿਹੜੇ ਠੇਕੇ ਤਾਂ ਇੱਥੇ ਦਾਰੂ ਪੀਂਦੇ ਆ ਨਾ, ਜ਼ਿਆਦਾਤਰ ਪ੍ਰਵਾਸੀ ਹੁੰਦੇ ਆ, ਸਾਡੇ ਪਿੰਡਾਂ ਦੇ ਵੀ ਘੱਟ ਹੈ, ਠੀਕ ਹੈ ਜੀ। ਜ਼ਿਆਦਾਤਰ ਜਿਹੜੇ ਪ੍ਰਵਾਸੀ ਆ ਉਹ ਆ ਕੇ ਦਾਰੂ ਪੀਂਦੇ ਆ, ਫਿਰ ਇੱਕ ਦੂਜੇ ਨਾਲ ਲੜਦੇ ਆ, ਗਾਲਾਂ ਕੱਢਦੇ ਇੱਕ ਦੂਜੇ ਨੂੰ, ਪਿੱਛੇ ਜੀ ਇੱਥੇ ਲੜਾਈਆਂ ਵੀ ਹੋਈਆਂ ਇੱਕ ਦੋ ਵਾਰ। ਪਰਮਿਸ਼ਨ ਮਿਲੂਗਾ ਨਾ? ਨਹੀਂ ਤੁਸੀਂ ਇੱਥੇ ਆਏ ਹੋ ਕਿਸ ਵਾਸਤੇ ਆਏ ਹੋ? ਨਹੀਂ ਅਸੀਂ ਤਾਂ ਜਗ੍ਹਾ ਵਾਸਤੇ ਆਏ, ਖਾਲੀ ਵਾਸਤੇ। ਕਿੰਨਾ ਦਾ ਠੇਕਾ? ਕਿੱਦਾਂ ਦਾ ਬਿਲਡਿੰਗ ਬਣਾ? ਸ਼ਿਵਾ ਟ੍ਰੇਡਰ। ਸ਼ਿਵਾ ਟ੍ਰੇਡਰ, ਹਾਂਜੀ। ਅਲਾਟਮੈਂਟ ਪੇਪਰ ਦਿਖਾ ਸਕਦੇ ਹੋ? ਬਿਲਡਿੰਗ ਹੈ ਨੀ ਜਿਸ ਕੀ ਮਕਾਨ ਅਗਲਾ ਬਣਾਊਗਾ,
ਕਿਨੂੰ ਅਸੀਂ ਤਾਂ ਜਨਰੇਟਰ ਠੇਕੇ ਦਾ ਠੇਕਾ ਲਿਆ ਬਿਲਡਿੰਗਾਂ ਬਣਾਉਣ ਵਾਲਾ ਤੇ ਤੁਸੀਂ ਤੁਹਾਨੂੰ ਪਤਾ ਨਹੀਂ ਵੀ ਇੱਥੇ ਠੇਕਾ ਗੈਰ ਕਾਨੂੰਨੀ ਬਣ ਰਿਹਾ ਤੁਸੀਂ ਕਿਉਂ ਬਣਾ ਰਹੇ ਹੋ ਠੇਕਾ ਥੋੜਾ ਪਹਿਲੇ ਤਾਂ ਮਕਾਨ ਬਣੂਗਾ ਇੱਥੇ ਮਕਾਨ ਕੇ ਅੰਦਰ ਠੇਕਾ ਸ਼ਿਫਟ ਹੋਊਗਾ ਮਾਲੇ ਬਣੂਗਾ ਪਹਿਲੇ ਮਕਾਨ ਹੀ ਨਹੀਂ ਬਣਿਆ ਠੇਕਾ ਕਾਹਨ ਸ਼ਿਫਟ ਹੋਊਗਾ ਨਹੀਂ ਆਪਕੇ ਪਾਸ ਇਸ ਏਰੀਏ ਕੀ ਜੋ ਤਹਿਸੀਲਦਾਰ ਪਟਵਾਰੀ ਜਾਂ ਕਾਨਗੋ ਸੇ ਪਰਮਿਸ਼ਨ ਹੈ ਐਕਸਾਈਜ਼ ਡਿਪਾਰਟਮੈਂਟ ਸੇ ਪਰਮਿਸ਼ਨ ਹੈ ਆਪ ਯਹਾਂ ਪੇ ਆ ਰਹੇ ਹੋ ਜਾ ਰਹੇ ਹੋ ਸਭ ਚੀਜ਼ ਦੇਖ ਰਹੇ ਹੋ ਤੋ ਆਪ ਦੇਖਭਾਲ ਕਿਉਂ ਕਰ ਰਹੇ ਹੋ ਫਿਰ ਆਪਕੋ ਆਨੇ ਕੀ ਜ਼ਰੂਰਤ ਕਿਆ ਜੋ ਠੇਕਾ ਨਹੀਂ ਖੁੱਲਾ ਤੋ ਠੇਕਾ ਤੋ ਹਮਾਰਾ ਪਿੱਛੇ ਨਾ ਤੋ ਯਹਾਂ ਪੇ ਕਿਆ ਕਰਨੇ ਹਮਾਰੇ ਯਹਾਂ ਤੱਕ ਅੰਡਰ ਆਤਾ ਹੈ ਢੇਰੀ ਗਾਉਂ ਤੋ ਠੇਕਾ ਕਹਾਂ ਪੇ ਯਹਾਂ ਪੇ ਢੇਰੀ ਗਾਉਂ ਮੇ ਔਰ ਕਹਾਂ ਪੇ ਹੈ ਢੇਰੀ ਗਾਉਂ ਕੇ ਆਸ ਪਾਸ ਅਗਰ ਨਜਾਇਜ਼ ਸ਼ਰਾਬ ਵਿਕਤੇ ਤਾਂ ਮੁਸ਼ਕਿਲ ਹੀ ਪਕੜ ਵੀ ਉਸ ਕੇ ਵੀ ਥੋੜੇ ਸ਼ਰਾਬ ਪਕੜੀ ਹੈ ਨਹੀਂ ਅਗਰ ਪਕੜਨੀ ਪੜਦੇ ਤੋ ਜਾਣਾ ਪੜ ਸਕਦਾ ਬੀਚ ਮੇ ਕਰ ਰਹੇ ਕਿ ਬੁਲਾਏ ਦੇ ਨੇ ਭਾਈ ਨੇ ਭਾਈਓ ਨੇ ਬੁਲਾਇਆ ਤਾਂ ਕਿਸ ਲਈ ਬੁਲਾਇਆ ਤਾਂ ਬਈ ਹਾਂ ਠੇਕਾ ਨਜਾਇਜ਼ ਖੁੱਲ ਰਿਹਾ ਮੈਂ ਅਭੀ ਤਾਂ ਖੁੱਲ ਨਹੀਂ ਰਿਹਾ ਪੁੱਛ ਲਈ ਮੈਨੂੰ ਸਹੀ ਬਾਤ ਹੋਈ ਹੈ ਮੇਰੇ ਨਾਲ ਬਹਿਸ ਕਰਨ ਮੈਂ ਕੋਈ ਫਾਇਦਾ ਨਹੀਂ ਬਾਤ ਕਰ ਬੁਲਾ ਲਓ ਜਿਹੜੀ ਮਕਾਨ ਮਾਲਿਕ ਜਿਹੜਾ ਮਕਾਨ ਬਣਾ ਰਿਹਾ ਹੈ ਉਹਦੇ ਨਾਲ ਕਰਨ ਦਾ ਫਾਇਦਾ ਹੈ ਫਿਰ ਤੁਸੀਂ ਪੈਸੇ ਦਿੱਤੇ ਹੋਏ ਉਹਨੂੰ ਕਿਹਨੂੰ ਨਹੀਂ ਅਸੀਂ ਕੁਛ ਨਹੀਂ ਦਿੱਤਾ ਉਸਨੂੰ ਹੁਣ ਤੱਕ ਉਸ ਨੂੰ ਜਿੱਦਾਂ ਸਾਲ ਦਾ ਟੈਂਡਰ ਹੁੰਦਾ ਤੁਹਾਡਾ ਸਾਲ ਦਾ ਇਕੱਠਾ ਹੁੰਦਾ ਨਹੀਂ ਸਾਡਾ ਟੈਂਡਰ ਤਾਂ ਉਧਰ ਹੈ ਨਹੀਂ ਐਕਸਾਈਡ ਡਿਪਾਰਟਮੈਂਟ ਉਸ ਨਾਲ ਥੋੜਾ ਹੁੰਦਾ ਹੈ ਕਿਰਾਏ ਉਹ ਤਾਂ ਕਿਰਾਏ ਤਾਂ ਬਿਲਡਿੰਗ ਬਣਾਊਗਾ ਕੋਈ ਤਾਂ ਅਸੀਂ ਦੇਖਾਂਗੇ ਜੇ ਬਿਲਡਿੰਗ ਲੋਕੇਸ਼ਨ ਦੇਖਣ ਆਏ ਹੋ ਵੈਸੇ ਹਾਂ ਲੋਕੇਸ਼ਨ ਫਾਈਨਲ ਹੈ ਤੁਹਾਡੀ ਨਹੀਂ ਅਭੀ ਤਾਂ ਕੋਈ ਫਾਈਨਲ ਨਹੀਂ ਫਾਈਨਲ ਨਹੀਂ ਨਹੀਂ ਮਤਲਬ ਠੇਕਾ ਫਿਰ ਜਦੋਂ ਤੁਸੀਂ ਇੱਥੇ ਆਏ ਹੋ ਫਿਰ ਤੁਹਾਨੂੰ ਉਹਨਾਂ ਨੇ ਪਿੰਡ ਵਾਲਿਆਂ ਨੇ ਬੁਲਾਇਆ ਕਿਸ ਵਜੇ ਆਹ ਦੱਸੋ ਉਹ ਕਹਿੰਦੇ ਵੀ ਇੱਥੇ ਠੇਕਾ ਨਹੀਂ ਖੁੱਲਣਾ ਬਿਲਡਿੰਗ ਬਣਨ ਨਹੀਂ ਦੇਣੀ ਮੈਂ ਪਰ ਅਸੀਂ ਕਹਿਣਾ ਅਸੀਂ ਵਾਪਸ ਹੋ ਗਏ ਅਤੇ ਮਾਲਕਾਂ ਨਾਲ ਗੱਲ ਕੀਤੀ ਸ਼ਿਵਾ ਵਾਲਿਆਂ ਨਾਲ ਨਹੀਂ ਅਭੀ ਤਾਂ ਕੋਈ ਬਾਤ ਨਹੀਂ ਜਾ ਕੇ ਬਾਤ ਇਨਕਾ ਨੰਬਰ ਲੈ ਲਿਆ ਗਾਉਂ ਵਾਲਿਆਂ ਦਾ ਉਹਨਾਂ ਬਾਤ ਕਰ ਲੈਂਗੇ ਕਹਿੰਦੇ ਕੀ ਸੀਗੇ ਸਰ ਪਹਿਲਾਂ ਨਾ ਥੋੜ੍ਹੇ ਦਿਨ ਪਹਿਲਾਂ ਉਹ ਤਾਂ ਸ਼ੈਡ ਬਣਿਆ ਸੀ ਇਹਨਾਂ ਨੇ ਬਣਾਇਆ ਇੱਥੇ ਪੂਰੇ ਇਹਨਾਂ ਨੇ ਰਾਤੋਂ ਰਾਤ ਤਿਆਰੀ ਖਿੱਚ ਲਈ ਆ ਕੇ ਤਿਆਰੀ ਖਿੱਚ ਕੇ ਦੂਜੇ ਦਿਨ ਇਹਨਾਂ ਨੇ ਸ਼ਿਫਟ ਕਰਨਾ ਸੀ ਉਰੇ ਪਰ ਕੱਟ ਲਈ ਘੇਰੀ ਦੇ ਵਿੱਚ ਖੜੇ ਆ ਪਿੱਛੇ ਠੇਕਾ ਖੁੱਲਣ ਲੱਗਾ ਸੀ ਪਿੰਡ ਵਾਲਿਆਂ ਨੇ ਵਿਰੋਧ ਕਰ ਲਿਆ ਤੇ ਲੇਕਿਨ ਉਹ ਫਰਾਰ ਹੋ ਗਏ ਭੱਜ ਗਿਆ ਉਹ ਸਾਹਮਣੇ ਘਰ ਹੈ ਤੇ ਇੱਧਰ ਹੀ ਸਾਈਡ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਦਿਖਾ ਰਿਹਾ ਚੰਦ ਕਦਮੇ ਦੂਰੀ ਉੱਤੇ ਗੁਰਦੁਆਰਾ ਸਾਹਿਬ ਹੈ ਤੇ ਸ਼ੈੱਡ ਸ਼ੁੱਡ ਲੈ ਕੇ ਇੱਥੇ ਰੱਖੇ ਹੋਏ ਨੇ ਪਿੰਡ ਵਾਲੇ ਨੇ ਸਾਫ਼ ਇਕੱਠ ਕਰ ਲਿੱਤਾ ਇਕੱਠ ਤੁਹਾਨੂੰ ਇਸ ਕਰਕੇ ਦਿਖਾਇਆ ਜਾ ਰਿਹਾ ਕਿ ਪਿੰਡ ਵਾਲੇ ਸਾਫ਼ ਕਹਿਤਾ ਅਸੀਂ ਨਹੀਂ ਆਪਣੀ ਨੌਜਵਾਨੀ ਨੂੰ ਨਸ਼ੇ ਦੇ ਵੱਲ ਜਾਣ ਦੇਣਾ ਸਾਡੇ ਇੱਥੇ ਪਿੰਡ ਦੇ ਬੱਚੇ ਕਬੱਡੀਆਂ ਖੇਡਦੇ ਨੇ ਫੁੱਟਬਾਲ ਖੇਡਦੇ ਨੇ ਲੇਕਿਨ ਸਾਨੂੰ ਕੋਈ ਗਰਾਊਂਡ ਦਿੱਤਾ ਵੀ ਅਸੀਂ ਕਿਰਾਏ 'ਤੇ ਲੈ ਕੇ ਉਹਦਾ ਕਿਰਾਇਆ ਦਿੰਦੇ ਹਾਂ ਤਾਂ ਖਿਡਾਉਂਦੇ ਹਾਂ ਲੇਕਿਨ ਪਿੰਡ ਦਾ ਵੀ ਹੁਣ ਨਾਮ ਹੁੰਦਾ ਯਾਰ ਪਿੰਡ ਦੇ ਬੱਚੇ ਵੀ ਹੁਣ ਕਿਤੇ ਬਾਹਰ ਜਾਣਾ ਚਾਹੁੰਦੇ ਨੇ ਸਪੋਰਟਸ ਜਾਣਾ ਚਾਹੁੰਦੇ ਨੇ ਲੇਕਿਨ ਜਦੋਂ ਠੇਕੇ ਖੁੱਲਣ ਲੱਗ ਗਏ ਤਾਂ ਬੱਚੇ ਜਾਣਗੇ ਕਿਉਂ ਕਿੱਥੇ ਲੇਕਿਨ ਐਂਗਲ ਜਿਹੜੇ ਨੇ ਪੂਰੇ ਲਗਾ ਦਿੱਤੇ ਗਏ ਨੇ ਪੱਕੇ ਐਂਗਲ ਲਗਾ ਚੁੱਕੇ ਹੋਏ ਨੇ ਐਂਗਲਾਂ ਦੇ ਵਿੱਚ ਐਂਗਲ ਫਸਾਣੇ ਨੇ ਸਿਰਫ ਇਹਨਾਂ ਦੇ ਵਿੱਚ ਐਂਗਲ ਫਸਾਏ ਜਾਣਗੇ ਕਿਉਂਕਿ ਇਹ ਪਹਿਲਾਂ ਹੀ ਆਪਣਾ ਇੰਤਜ਼ਾਮ ਕਰਕੇ ਜਾ ਚੁੱਕੇ ਹੋਏ ਨੇ ਪੱਕੇ ਐਂਗਲ ਫਸਾ ਚੁੱਕੇ ਹੋਏ ਨੇ ਚਾਰੋਂ ਪਾਸੋਂ ਪੀਸ ਲਿੱਤਾ ਵਿੱਚ ਫਸਾਇਆ ਰਾਤੋਂ ਰਾਤ ਸ਼ੈੱਡ ਤਿਆਰ ਹੋ ਗਿਆ ਰਾਤੋਂ ਰਾਤ ਗੱਡੀ ਆਈ ਭਰ ਕੇ ਠੇਕਾ ਖੁੱਲ੍ਹ ਗਿਆ ਜੋ ਠੇਕਾ ਖੁੱਲ੍ਹ ਗਿਆ ਤਾਂ ਵਿਰੋਧ ਕੋਈ ਨਹੀਂ ਆਹ ਜਨਰੇਟਰ ਇਸ ਕਰਕੇ ਤਿਆਰ ਕਰਕੇ ਰੱਖਿਆ ਕਿ ਵੈਲਡਿੰਗ ਵੁਲਡਿੰਗ ਕਰਨੀ ਹੋਵੇ ਸਭ ਕੁਝ ਕਰਨਾ ਹੋਵੇ ਇਸ ਕਰਕੇ ਇੱਥੇ ਜਨਰੇਟਰ ਵੀ ਤਿਆਰ ਕਰਤਾ ਲੇਕਿਨ ਲੁਧਿਆਣਾ ਸ਼ਹਿਰ ਹੁਣ ਠੇਕਿਆਂ ਦਾ ਸ਼ਹਿਰ ਜਿਹੜਾ ਗਿਣਿਆ ਜਾ ਰਿਹਾ ਠੇਕੇ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ